ਜ਼ਿਲ੍ਹਾ ਹੁਸ਼ਿਆਰਪੁਰ ਦੇ ਸੀਕਰੀ ਰੋਡ ਹਰਿਆਣਾ ਵਿਖੇ ਗੁੱਗਾ ਜਹਰ ਪੀਰ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸ੍ਰੀ ਅਸ਼ਨੀ ਕੁਮਾਰ ਜੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਹਾਜ਼ਰ ਸੰਗਤਾਂ ਨੂੰ ਆਪਣੇ ਗੀਤਾਂ ਰਾਹੀਂ ਨਿਹਾਲ ਕੀਤਾ ਅਤੇ ਲੰਗਰ ਅਟੁੱਟ ਵਰਤਾਇਆ ਗਿਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼ ਦੇ ਨਾਲ ਜਤਿੰਦਰ ਕੁਮਾਰ।
ਇੱਕ ਵਾਰੀ ਫਕੀਰਾਂ ਦੇ ਨਾਮ ਤੇ ਤਾਲੀ ਲਾ ਦਿਓ ਸਾਰੇ। ਅਸ਼ਵਨੀ ਭਾਜੀ ਸਾਨੂੰ ਬੜੀ ਔਖੀ ਮਿਲੀ
ਇਸ ਪਿੰਡ ਦੇ ਨਾਲ ਇਸ ਇਲਾਕੇ ਦੇ ਨਾਲ ਆਦੋ ਅਲਗੜੀ ਪਿੱਖੋਵਾਲ ਬੜੇ ਪ੍ਰੋਗਰਾਮ ਆਏ ਇੱਥੇ ਢੋਲਾ ਸਰਕਾਰ ਆ ਜਾਓ ਅਮੀਰ ਕਿੱਥੇ ਹੈ ਰਿੰਕੂ ਰਿੰਕੂ ਕਲਵਿੰਦਰ ਕਿੰਦਾ ਜਿਹੜਾ ਵੀਰ ਮੈਨੂੰ ਲੈ ਕੇ ਆਇਆ ਇੱਥੇ ਭੋਜਨ ਤੇ ਭਜਨ ਖਜਾਨਾ ਪਰਦੇ ਬਿਨ ਰੱਖੀਏ ਨਾ ਬੇਪਰਵਾਹ ਹੁੰਦੇ
ਤਾਂ ਕਿ ਪਿੱਛੇ ਜੋ ਦੂਰ ਖੜ੍ਹੇ ਹਨ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ। ਬਾਪ ਲਈ ਦਾ ਮੇਰਾ ਖਿਆਲ ਬਸੂਏ ਵਾਲੇ ਨੇ ਟਾਂਡੇ ਵਾਲੇ ਵੀਰ ਨੂੰ ਚਿੱਤ ਕਰ ਦਿੱਤਾ ਹੈ। ਹੁਸ਼ਿਆਰਪੁਰ ਨਿੰਮਾ ਜਲੰਧਰ ਸੋਨੂੰ ਹੁਸ਼ਿਆਰਪੁਰ ਸੱਤਵੀਂ ਰਿੰਕੂ ਮੁਕੇਰੀਆਂ ਰੋਸ਼ਨ ਟਾਂਡਾ ਰਿੰਕੂ ਮੁਕੇਰੀਆਂ ਰੋਸ਼ਨ ਟਾਂਡਾ ਆਹ ਦੋ ਘੋਲ ਪਿੰਡ ਵਿੱਚ ਚੱਲ ਰਹੇ ਹਨ। ਇੱਕ ਦੀ ਬੈਰ ਬਾਈ ਮਾਸਟਰ ਚਰਨਜੀਤ ਸਿੰਘ ਜੀ ਮਿਸ਼ਾ ਰਹਿਣਾ ਜੋ ਕੁਸ਼ਤੀ ਜਿੱਤ ਚੁੱਕੇ ਹਨ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਹੈ। ਬਾਬਾ ਚਾਚੀ ਉਸ ਵੱਲੋਂ ਇੱਕ ਟੈਚੀ ਹੋਰ ਹੈ ਉਹ ਜਿਹੜਾ ਬਾਬਾ ਟੈਚੀ ਉਸ ਵਾਲਿਆਂ ਦਾ ਦੂਜਾ ਟੈਚੀ ਹੈ ਉਹ ਪੈਨਸ਼ਨ ਏਰੀਆ ਅਤੇ ਜਿੰਨਾ ਪਿੱਛੋਵਾਲ ਖੰਡੀਆਂ ਉਹਨਾਂ ਨੂੰ ਦੂਜਾ ਟੈਚੀ ਦਾ ਇਨਾਮ ਦਿੱਤਾ ਜਾਵੇ। ਪ੍ਰਿੰਸਮ ਕੇਰੀਆਂ ਗੱਲਾਂ ਪਿੱਛੋਵਾਲ ਖੰਡੀਆਂ ਖੰਡੀਆਂ ਪਿੱਛੋਵਾਲ ਅਤੇ ਅਮਨ ਫਗਵਾੜਾ ਜਿਹੜੇ ਮਾਪੇ